ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਹਾਂ ਸਰਬਜੀਤ। ਪੇਂਡੂ ਲਾਈਫਤੀਮਾਨ ਚੈਨਲ 'ਤੇ ਮੈਂ ਸਭ ਦਾ ਸਵਾਗਤ ਕਰਦੀ ਹਾਂ। ਹੋਰ ਸੁਣਾਓ ਜੀ, ਸਾਰੇ ਕਿਵੇਂ ਹੋ? ਉਮੀਦ ਕਰਦੀ ਹਾਂ ਸਾਰੇ ਵਧੀਆ ਠੀਕ ਠਾਕ ਹੋਵੋਗੇ, ਅਸੀਂ ਵੀ ਠੀਕ ਹਾਂ, ਚੜ੍ਹਦੀ ਕਲਾ 'ਚ ਹੋਵੋਗੇ। ਚਲੋ ਜੀ, ਇੱਥੇ ਮੈਂ ਕਰਦੀ ਸੀ ਸਟਿਚਿੰਗ, ਅਤੇ ਮੈਂ ਕਰਦੀ ਸੀ ਆਪਣੀ ਕਮੀਜ਼ ਸਟਿਚ ਕਰਦੀ ਸੀ। ਅਤੇ ਅੱਜ ਦੀ ਵੀਡੀਓ ਜੀ ਉਹ ਭੈਣਾਂ ਲਈ ਹੈ ਜਿਹੜੀਆਂ ਮੇਰੀਆਂ ਭੈਣਾਂ ਘਰ ਬੈਠ ਕੇ ਹੀ ਕੰਮ ਕਰ ਸਕਦੀਆਂ ਨੇ, ਘਰ ਬੈਠ ਕੇ ਹੀ 10,000 ਰੁਪਏ ਮਹੀਨੇ ਦਾ ਆਰਾਮ ਨਾਲ ਕਮਾ ਸਕਦੀਆਂ ਨੇ। ਅਤੇ ਦੇਖੋ ਜੀ, ਜਿਵੇਂ ਹੁਣ ਆਪਾਂ ਕੱਪੜੇ ਦੀ ਸਟਿਚਿੰਗ ਕਰਦੇ ਹਾਂ, ਹੁਣ ਕੱਪੜੇ ਆਪਣੇ ਲਵੇ ਮਤਲਬ ਕਿ ਵਾਧੂ ਸਿਲਾਈ ਕਰਨ ਵਾਲੇ ਆਉਂਦੇ ਨੇ, ਜਿਵੇਂ ਕਿ ਲਾ ਲਓ ਕੋਟਨ ਦੇ ਸੂਟ, ਸਿੰਪਲ ਸੂਟ, ਜਾਂ ਫਿਰ ਲਾਈਨਿੰਗ ਵਾਲੇ ਸੂਟ, ਜਾਂ ਫਿਰ ਲੈਸਾਂ ਵਗੈਰਾ ਲਗਾ ਕੇ ਸਿਲਾਇਆ, ਉਹਨਾਂ ਦੀ ਮਤਲਬ ਕਿ ਸਿਲਾਈ ਜਿਹੜੀ ਸਟਿਚਿੰਗ ਆ ਬਹੁਤ ਜ਼ਿਆਦਾ ਮਤਲਬ ਕਿ ਡਿਮਾਂਡ ਆ। ਅਤੇ ਇਹ ਮਤਲਬ ਕਿ ਜਿਵੇਂ ਹੁਣ ਆਪਾਂ ਸਿੰਪਲ ਸੂਟ ਸਿਉਂਦੇ ਹਾਂ, ਇਹਦੀ ਸਿਲਾਈ ਵੀ ਬਹੁਤ ਜ਼ਿਆਦਾ ਵੱਧ ਗਈ ਹੈ। ਅਤੇ ਜੇ ਸ਼ਹਿਰਾਂ ਵਿੱਚ ਜਾ ਕੇ ਸੁਣੋ, ਇਹਦੀ ਸਿਲਾਈ 500 ਰੁਪਈਆ ਤਾਂ ਆਰਾਮ ਨਾਲ ਲੈਂਦੇ ਹੀ ਲੈਂਦੇ ਨੇ। ਅਤੇ ਬਾਕੀ ਜਿਹੜੇ ਮਤਲਬ ਕਿ ਨੋਰਮਲ ਕਢਾਈ ਵਾਲੇ ਸੂਟ ਨੇ, ਉਹਨਾਂ ਦੀ ਸਟਿਚਿੰਗ ਵੀ ਅਲੱਗ ਹੈ, ਕਿੰਨੀ ਸਿਲਾਈ ਹੈ ਉਹਨਾਂ ਦੀ। ਅਤੇ ਬਾਕੀ ਲਾਈਨਿੰਗ ਵਾਲਿਆਂ ਦੀ ਵੀ ਅਲੱਗ ਸਿਲਾਈ ਲੈਂਦੇ ਨੇ। ਅਤੇ ਇਹਦੇ ਮਤਲਬ ਕਿ ਜਿਵੇਂ ਹੁਣ ਆਪਣੇ ਲਈ ਪਿੰਡਾਂ ਵਿੱਚ ਕੱਪੜੇ ਸਿਲਾਈ ਕਰਨ ਵਾਸਤੇ ਆਉਂਦੇ ਨੇ, ਹੁਣ ਅਸੀਂ ਪਿੰਡ 'ਚ ਹੀ ਰਹਿਣ ਵਾਲੇ ਹਾਂ ਜੀ, ਅਤੇ ਆਪਣੇ ਲਈ ਕੱਪੜੇ ਸਿਲਾਈ ਕਰਨ ਵਾਲੇ ਆਉਂਦੇ ਨੇ। ਇਹ ਕੱਪੜੇ ਮਤਲਬ ਕਿ ਜਿਵੇਂ ਹੁਣ ਸਿੰਪਲ ਸੂਟ ਦਾ ਅਸੀਂ ਰੇਟ ਫਿਰ ਤੋਂ ਵਧਾ ਦਿੱਤਾ, 300 ਰੁਪਇਆ ਕਰ ਦਿੱਤਾ ਸਿੰਪਲ ਸੂਟ ਦਾ, ਅਤੇ ਆਰਾਮ ਨਾਲ ਅਸੀਂ ਮਤਲਬ ਕਿ ਕੱਪੜੇ ਵਾਧੂ ਆਉਂਦੇ ਨੇ। ਐਂ ਨਹੀਂ ਹੈਗਾ ਵੀ ਇੱਕ ਆਉਂਦਾ ਸੂਟ, ਬਹੁਤ ਜ਼ਿਆਦਾ ਕੱਪੜੇ ਆਉਂਦੇ ਨੇ ਸਿਲਾਈ ਕਰਨ ਵਾਸਤੇ। ਬਾਕੀ ਜਿਹੜੀ ਮੇਰੇ ਭੈਣਾਂ ਨੂੰ ਮਤਲਬ ਕਿ ਸਿਲਾਈ ਕਰਨਾ ਨਹੀਂ ਆਉਂਦਾ ਹੈਗਾ, ਉਹ ਮਤਲਬ ਕਿ ਦੂਜਾ ਬਿਜ਼ਨਸ ਵੀ ਤੋਰ ਸਕਦੀਆਂ ਨੇ, ਜਿਵੇਂ ਕਿ ਹੁਣ ਆਪਾਂ ਘਰ ਬੈਠੇ ਹੀ ਇੱਕ ਲੁਧਿਆਣੇ ਤੋਂ ਮਤਲਬ ਕਿ ਸ਼ੋਲ ਵਗੈਰਾ ਲਿਆ ਕੇ ਉਹਨਾਂ 'ਤੇ ਸਿੱਪੀਆਂ ਵਗੈਰਾ ਲਾਉਣੀਆਂ, ਮੋਤੀ ਵਗੈਰਾ ਲਗਾਉਣੇ, ਇੱਦਾਂ ਦਾ ਕੰਮ ਵੀ ਸ਼ੁਰੂ ਕਰ ਸਕਦੇ ਹਾਂ। ਅਤੇ ਬਾਕੀ ਕੋਟੀ ਸਵੈਟਰਾਂ ਦਾ ਵੀ ਕੰਮ ਸ਼ੁਰੂ ਕਰ ਸਕਦੇ, ਜਿਵੇਂ ਕੋਟੀਆਂ ਵਗੈਰਾ ਬੁਣਨੀਆਂ, ਜਾਕਟਾਂ ਵਗੈਰਾ ਬੁਣਨੀਆਂ, ਕਿਉਂਕਿ ਅੱਜ ਕੱਲ੍ਹ ਕੋਟੀਆਂ ਜਾਕਟਾਂ ਬੁਣੀਆਂ ਹੋਈਆਂ ਬਹੁਤ ਜ਼ਿਆਦਾ ਮਤਲਬ ਕਿ ਪਸੰਦ ਕਰਦੇ ਨੇ, ਅਤੇ ਵਧੀਆ ਬਹੁਤ ਸੋਹਣੇ ਸੋਹਣੇ ਡਿਜ਼ਾਇਨ ਬਣਾ ਕੇ ਬੁਣ ਕੇ ਉਹਦਾ ਆਪਾਂ ਸੇਲ ਕਰ ਸਕਦੇ ਹਾਂ, ਅਤੇ ਬਹੁਤ ਜ਼ਿਆਦਾ ਪੈਸੇ ਉਹ 'ਚੋਂ ਵੀ ਬਚਾ ਸਕਦੇ ਹਾਂ। ਅਤੇ ਇੱਦਾਂ ਦੇ ਹੋਰ ਬਹੁਤ ਸਾਰੇ ਬਿਜ਼ਨਸ ਨੇ, ਜਿਵੇਂ ਕਿ ਹੁਣ ਆਪਾਂ ਘਰ ਹੀ ਕੱਪੜੇ ਸੇਲ ਦਾ ਕੰਮ ਵੀ ਕਰ ਸਕਦੇ ਹਾਂ, ਜਾਂ ਫਿਰ ਸਿਲਾਈ ਦਾ ਕੰਮ ਹੋ ਗਿਆ। ਅਤੇ ਬਾਕੀ ਮਤਲਬ ਕਿ ਜਿਵੇਂ ਹੁਣ ਫੋਨ ਦੇ ਉੱਤੇ ਆਪਾਂ ਜਦੋਂ ਯੂਟਿਊਬ ਦੇਖਦੇ ਹਾਂ ਤਾਂ ਉਹਦੇ ਵਿੱਚ ਆਪਾਂ ਨੂੰ ਕਈ ਕੰਮ ਆਉਂਦੇ ਨੇ, ਜਿਵੇਂ ਕਿ ਮੀਸ਼ੋ ਐਪ ਤੋਂ ਮਤਲਬ ਕਿ ਆਪਾਂ ਕੋਈ ਵੀ ਘਰ ਬੈਠੇ ਹੀ ਬਿਜ਼ਨਸ ਸ਼ੁਰੂ ਕਰ ਸਕਦੇ ਹਾਂ, ਜਾਂ ਫਿਰ ਡੱਬਿਆਂ ਦੀ ਕੋਈ ਪੈਕਿੰਗ ਵਗੈਰਾ ਦਾ ਕੰਮ ਵੀ ਸ਼ੁਰੂ ਕਰ ਸਕਦੇ ਹਾਂ, ਉਹਦੇ ਵਿੱਚ ਵੀ ਬਹੁਤ ਜ਼ਿਆਦਾ ਬੱਚਤ ਹੁੰਦੀ ਆ, ਜਿਹੜੀ ਮੇਰੇ ਭੈਣਾਂ ਨੂੰ ਸਿਲਾਈ ਨਹੀਂ ਆਉਂਦੀ। ਅਤੇ ਬਾਕੀ ਹੋਰ ਵੀ ਕਈ ਕੰਮ ਨੇ, ਜਿਵੇਂ ਕਿ ਅਚਾਰ ਪਾਉਣ ਦਾ ਬਿਜ਼ਨਸ ਵੀ ਆਪਾਂ ਕਰ ਸਕਦੇ ਹਾਂ, ਜਿਵੇਂ ਘਰ ਬੈਠੇ ਹੀ ਅਚਾਰ ਪਾ ਕੇ ਆਪਾਂ ਮਤਲਬ ਕਿ ਇਹਦੇ ਜਾਂ ਤਾਂ ਵੀਡੀਓ ਪਾ ਦਿੱਤੀ, ਅਤੇ ਸੋਸ਼ਲ ਮੀਡੀਆ 'ਤੇ ਮਤਲਬ ਕਿ ਆਪਾਂ ਵੀਡੀਓ ਪਾ ਦਿੱਤੀ ਅਚਾਰ ਦੀ। ਅਤੇ ਕਈ ਮੇਰੀਆਂ ਭੈਣਾਂ ਹੋਰ ਜਿਵੇਂ ਸਬਜ਼ੀ ਵਗੈਰਾ ਸਬਜ਼ੀ ਰੋਟੀ ਵਗੈਰਾ ਟਿਫਨ ਪੈਕਿੰਗ ਕਰਨ ਦਾ ਵੀ ਕੰਮ ਕਰ ਸਕਦੇ ਆ। ਇੱਦਾਂ ਬਹੁਤ ਸਾਰੇ ਕੰਮ ਨੇ ਜਿਹੜੀਆਂ ਮੇਰੀਆਂ ਘਰ ਬੈਠੇ ਭੈਣਾਂ ਕਰ ਸਕਦੀਆਂ ਨੇ। ਅਤੇ ਇੱਕ ਜਿਹੜੀ ਇਹ ਯੋਜਨਾ ਪਹਿਲ ਸਕੀਮ ਦੀ ਯੋਜਨਾ ਚੱਲੀ ਹੋਈ ਹੈ, ਇਹ ਪਹਿਲ ਸਕੀਮ ਕਈ ਕਹਿੰਦੇ ਨੇ ਵੀ ਝੂਠੀ ਹੈ, ਇਹ ਝੂਠੀ ਨਹੀਂ ਹੈਗੀ, ਇਹ ਮਤਲਬ ਕਿ ਭਗਵੰਤ ਮਾਨ ਨੇ ਸੰਗਰੂਰ ਜ਼ਿਲ੍ਹੇ ਦੇ ਵਿੱਚ ਇਹ ਪਹਿਲ ਸਕੀਮ ਮਤਲਬ ਕਿ ਸ਼ੁਰੂ ਕਰ ਦਿੱਤੀ ਆ। ਅਤੇ ਕਈ ਮੇਰੀਆਂ ਭੈਣਾਂ ਉੱਥੇ ਲੱਗੀਆਂ ਹੋਈਆਂ ਨੇ ਪਹਿਲ ਸਕੀਮ ਦੇ ਵਿੱਚ, ਇਹ ਮਤਲਬ ਕਿ ਸਿਲਾਈ ਸੈਂਟਰ ਦੇ ਵਿੱਚ ਲੱਗੀਆਂ ਹੋਈਆਂ ਨੇ, ਡਰੈੱਸ ਵਗੈਰਾ ਸਿਉਂਦੇ ਨੇ ਬੱਚਿਆਂ ਦੀਆਂ, ਅਤੇ ਬਾਕੀ ਹੋਰ ਪੁਲਿਸ ਦੀਆਂ ਵਰਦੀਆਂ ਵਗੈਰਾ ਵੀ ਸਿਲਾਈ ਕਰਦੀਆਂ ਨੇ, 1100 ਰੁਪਇਆ ਇੱਕ ਵਰਦੀ ਦਾ ਲੈਂਦੀਆਂ ਨੇ, ਅਤੇ 35,000 ਰੁਪਇਆ ਮਹੀਨੇ ਦਾ ਕਮਾਉਂਦੀਆਂ ਨੇ। ਇਹ ਪਹਿਲ ਸਕੀਮ ਬਿਲਕੁਲ ਝੂਠੀ ਨਹੀਂ ਹੈਗੀ, ਬਹੁਤ ਮਤਲਬ ਕਿ ਸੱਚੀ ਹੈ ਇਹ, ਮਤਲਬ ਕਿ ਭਗਵੰਤ ਮਾਨ ਨੇ ਇਹ ਪਹਿਲ ਸਕੀਮ ਸ਼ੁਰੂ ਕਰ ਦਿੱਤੀ ਹੈ, ਅਤੇ ਹੌਲੀ ਹੌਲੀ ਇਹ ਪਿੰਡਾਂ ਦੇ ਵਿੱਚ ਵੀ ਆਉਣੀ ਸ਼ੁਰੂ ਹੋ ਗਈ ਆ, ਅਤੇ ਇਸੇ ਮਹੀਨੇ ਤੋਂ ਇਹ ਪਹਿਲ ਸਕੀਮ ਸਟਾਰਟ ਹੋ ਗਈ ਆ।
ਤੇ ਆਪਣੇ ਇੱਥੇ ਮਤਲਬ ਕਿ ਆਂਗਣਵਾੜੀ ਦੇ ਵਿੱਚ ਇਹਦੇ ਫਾਰਮ ਭਰੇ ਜਾਣਗੇ, ਤੇ ਇਹ ਆਂਗਣਵਾੜੀ 'ਚ ਫਾਰਮ ਜਦੋਂ ਆ ਗਏ ਤਾਂ ਤੁਹਾਨੂੰ ਉਹਦੀ ਵੀਡੀਓ ਵੀ ਆਪਾਂ ਜ਼ਰੂਰ ਸ਼ੇਅਰ ਕਰਾਂਗੇ, ਤੇ ਇਸ ਤਰ੍ਹਾਂ ਮੇਰੀਆਂ ਭੈਣਾਂ ਮਤਲਬ ਕਿ ਵੱਧ ਤੋਂ ਵੱਧ ਘਰ ਬਹਿ ਕੇ ਕਮਾਈ ਕਰ ਸਕਦੀਆਂ ਨੇ, ਤੇ ਕੋਈ ਮਤਲਬ ਕਿ ਇੱਦਾਂ ਨਹੀਂ ਹੈਗਾ ਇਹ ਵੀ ਨਹੀਂ ਆਪਾਂ ਘਰ ਜੋਗੀ ਰਹਿ ਗਏ, ਨਹੀਂ ਨਹੀਂ ਘਰ ਬੈਠੇ ਮੇਰੀਆਂ ਭੈਣਾਂ ਬਹੁਤ ਸਾਰੀ ਕਮਾਈ ਕਰ ਸਕਦੀਆਂ ਨੇ। ਜੇ ਕਿਸੇ ਮੇਰੀ ਭੈਣ ਨੂੰ ਮਤਲਬ ਕਿ ਸਟਿਚਿੰਗ ਦਾ ਕੰਮ ਨਹੀਂ ਆਉਂਦਾ ਤਾਂ ਉਹ ਤਰਪਾਈ ਦਾ ਕੰਮ ਵੀ ਕਰ ਸਕਦੀ ਆ, ਚਾਹੇ ਮਤਲਬ ਕਿ ਤਰਪਾਈ ਦਾ ਨਹੀਂ ਕਰਨਾ ਤਾਂ ਮਤਲਬ ਕਿ ਸਲਵਾਰਾਂ ਵੀ ਸਟਿਚਿੰਗ ਕਰ ਸਕਦੀ ਆ, ਸਲਵਾਰਾਂ ਸਟਿਚਿੰਗ ਕਰਕੇ ਵੀ ਬਹੁਤ ਸਾਰੇ ਪੈਸੇ ਬੱਚਤ ਹੁੰਦੇ ਨੇ। ਅਤੇ ਲਓ ਜੀ, ਇਹ ਸੀ ਆਪਣੀ ਅੱਜ ਦੀ ਮਤਲਬ ਕਿ ਛੋਟੀ ਜਿਹੀ ਵੀਡੀਓ, ਅਤੇ ਜੇਕਰ ਮੇਰੀ ਵੀਡੀਓ ਵਧੀਆ ਲੱਗੀ ਹੋਊਗੀ ਤਾਂ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰਨਾ ਨਾ ਭੁੱਲਣਾ, ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ, ਅਤੇ ਕਮੈਂਟ ਕਰਕੇ ਜ਼ਰੂਰ ਦੱਸਣਾ, ਪਿਆਰਾ ਜਿਹਾ ਕਮੈਂਟ ਜ਼ਰੂਰ ਕਰਿਆ ਕਰੋ, ਲਾਈਕ ਜ਼ਰੂਰ ਕਰਿਆ ਕਰੋ, ਲਾਈਕ ਬਹੁਤ ਜ਼ਿਆਦਾ ਘੱਟ ਕਰਦੇ ਹੋ ਤੁਸੀਂ, ਲਾਈਕ ਜ਼ਰੂਰ ਕਰਿਆ ਕਰੋ, ਲਾਈਕ ਨਾਲ ਹੀ ਜੀ ਆਪਾਂ ਮਤਲਬ ਕਿ ਅੱਗੇ ਵਧਣ ਦੀ ਚਾਹਵਾਨ ਹੁੰਦੀ ਆ। ਅਤੇ ਚਲੋ ਜੀ, ਮਿਲਾਂਗੇ ਕੱਲ੍ਹ ਇੱਕ ਹੋਰ ਵੀਡੀਓ ਨਾਲ, ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।